जोश भी बड़ा ते हौसले भी खरे ने, कुछ कर दिखाउण दी हिम्मत ते मेहनत दे राह असी फड़े ने। सत श्री अकाल सारयां नूं, मैं प्रभनीत कौर थोड़ा मनपसंद प्रोग्राम लैके हाजिर हाँ। इस प्रोग्राम च असी गल्लां बातां करांगे साडे कुछ बाल कलाकारां नाल ते उहनां दी कलाकारी दा आनंद भी माणांगे। सो प्रोग्राम शुरू करन तों पहलां क्यों ना असी इहनां कलाकारां दी छोटी जिही इंट्रोडक्शन लईए। इस नाल चलदिआं साडे पहले कलाकार कोल। ਹਾਂਜੀ, ਤੁਹਾਡਾ ਨਾਮ? ਮੇਰਾ ਨਾਮ ਮਨਜੀਤ ਸਿੰਘ ਅਤੇ ਮੈਂ 8th ਕਲਾਸ ਵਿੱਚ ਪੜ੍ਹਦਾ ਹਾਂ ਅਤੇ ਮੈਨੂੰ ਢੋਲਕੀ ਅਤੇ ਹਾਰਮੋਨੀਅਮ ਵਜਾਉਣ ਦੇ ਸ਼ੌਂਕ ਹਨ ਅਤੇ ਮੈਂ ਕਦੇ ਕਦੇ ਸਿੰਗਿੰਗ ਵੀ ਕਰ ਲੈਂਦਾ ਹਾਂ। ਵਾਹ ਜੀ ਵਾਹ, ਬਹੁਤ ਵਧੀਆ ਲੱਗੀ ਤੁਹਾਡੇ ਨਾਲ ਗੱਲ ਕਰਕੇ। ਇਸੇ ਨਾਲ ਚੱਲਦੇ ਹਾਂ ਸਾਡੇ ਅਗਲੇ ਕਲਾਕਾਰ ਕੋਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹਾਰਦੀ ਖੰਡਾ ਹੈ ਅਤੇ ਮੈਂ 5th ਕਲਾਸ ਵਿੱਚ ਪੜ੍ਹਦਾ ਹਾਂ। ਮੈਨੂੰ ਢਾਡੇ ਅਤੇ ਤਬਲਾ ਵਜਾਉਣਾ ਬਹੁਤ ਵਧੀਆ ਲੱਗਦਾ ਹੈ। ਵਾਹ ਜੀ ਵਾਹ, ਬਹੁਤ ਵਧੀਆ ਲੱਗੇ ਤੁਹਾਡੇ ਨਾਲ ਗੱਲ ਕਰਕੇ ਹਾਰਦਿਕ। ਇਸੇ ਨਾਲ ਚੱਲਦੇ ਹਾਂ ਸਾਡੇ ਅਗਲੇ ਕਲਾਕਾਰ ਵੱਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸਿਮਰਤ, 7th ਕਲਾਸ ਦੀ ਸਟੂਡੈਂਟ। ਮੈਨੂੰ ਹਾਰਮੋਨੀਅਮ ਔਰ ਕੈਸੀਓ ਵਜਾਉਣ ਦਾ ਬਹੁਤ ਸ਼ੌਂਕ ਹੈ, ਪਰ ਮੈਂ ਕਦੀ ਕਦੀ ਗਾ ਵੀ ਲੈਂਦੀ ਹਾਂ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਚੱਲਦੇ ਹਾਂ ਅਗਲੇ ਕਲਾਕਾਰ ਕੋਲ। ਹਾਂਜੀ, ਹੈਲੋ ਐਵਰੀਵਨ, ਆਈ ਐਮ ਏਕਮਪ੍ਰੀਤ ਕੌਰ ਫਰੋਮ 7th ਸਟੈਂਡਰਡ। ਮੈਨੂੰ ਸਿੰਗਿੰਗ ਦੇ ਨਾਲ ਨਾਲ ਆਰਟ ਦਾ ਵੀ ਸ਼ੌਂਕ ਹੈ। ਵਾਹ ਜੀ ਵਾਹ ਏਕਮ, ਹੁਣ ਅਸੀਂ ਚੱਲਦੇ ਹਾਂ ਸਾਡੇ ਅਗਲੇ ਕਲਾਕਾਰ ਵੱਲ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਪਵਲੀਨ ਕੌਰ ਹੈ ਅਤੇ ਮੈਂ 5th ਕਲਾਸ ਦੀ ਸਟੂਡੈਂਟ ਹਾਂ। ਮੈਨੂੰ ਗਾਉਣ ਦੇ ਨਾਲ ਨਾਲ ਹਾਰਮੋਨੀਅਮ ਅਤੇ ਕੈਸੀਓ ਵਰਗੇ ਇੰਸਟਰੂਮੈਂਟਸ ਵਜਾਉਣ ਦਾ ਵੀ ਬਹੁਤ ਸ਼ੌਂਕ ਹੈ। ਓਕੇ, ਬਹੁਤ ਵਧੀਆ ਲੱਗਿਆ ਤੁਹਾਡੀ ਨਾਲ ਗੱਲ ਕਰਕੇ। ਇਸੇ ਨਾਲ ਚੱਲਦੇ ਹਾਂ ਸਾਡੇ ਅਗਲੇ ਕਲਾਕਾਰ ਕੋਲ। ਹਾਂਜੀ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਸਤੂਤੀ ਹੈ ਐਂਡ ਮੈਂ 7th ਸਟੈਂਡਰਡ ਦੀ ਸਟੂਡੈਂਟ ਹਾਂ ਐਂਡ ਮੈਨੂੰ ਸਿੰਗਿੰਗ ਦਾ ਸ਼ੌਂਕ ਹੈ। ਵਾਹ ਸਤੂਤੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹੁਣ ਚੱਲਦੇ ਹਾਂ ਅਗਲੇ ਕਲਾਕਾਰ ਵੱਲ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਪ੍ਰੀਤ ਕੌਰ ਹੈ, ਮੈਂ 7th ਕਲਾਸ ਦੀ ਸਟੂਡੈਂਟ ਹਾਂ। ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਹੈ, ਪਰ ਮੈਂ ਸਿੰਗਿੰਗ ਦੇ ਨਾਲ ਨਾਲ ਆਰਟਸ ਅਤੇ ਸਪੋਰਟਸ ਨੂੰ ਵੀ ਬਹੁਤ ਪਸੰਦ ਕਰਦੀ ਹਾਂ। ਵਾਹ ਜੀ ਵਾਹ, ਬਹੁਤ ਵਧੀਆ ਲੱਗਿਆ ਕਿ ਤੁਹਾਨੂੰ ਸਪੋਰਟਸ ਵੀ ਬਹੁਤ ਪਸੰਦ ਹੈ। ਇਸੇ ਨਾਲ ਚੱਲਦੇ ਹਾਂ ਅਗਲੇ ਕਲਾਕਾਰ ਵੱਲ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਵਨੀਤ ਹੈ, ਮੈਂ 7th ਕਲਾਸ ਦੀ ਸਟੂਡੈਂਟ ਹਾਂ। ਮੈਨੂੰ ਸਿੰਗਿੰਗ ਦੇ ਨਾਲ ਸਪੋਰਟਸ ਦਾ ਵੀ ਸ਼ੌਂਕ ਹੈ। ਵਾਹ ਰਵਨੀਤ, ਤੁਹਾਨੂੰ ਵੀ ਸਪੋਰਟਸ ਦਾ ਸ਼ੌਂਕ ਹੈ, ਬਹੁਤ ਵਧੀਆ ਲੱਗਿਆ। ਹੁਣ ਚੱਲਦੇ ਹਾਂ ਅਗਲੇ ਕਲਾਕਾਰ ਵੱਲ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਮਨਜੀਤ ਸਿੰਘ ਹੈ, ਮੈਂ 7th ਕਲਾਸ ਵਿੱਚ ਪੜ੍ਹਦਾ ਹਾਂ। ਮੇਰਾ ਸ਼ੌਂਕ ਤਬਲਾ, ਢੋਲਕੀ, ਗਿਟਾਰ ਅਤੇ ਹਾਰਮੋਨੀਅਮ ਹੈ, ਪਰ ਮੇਰਾ ਫੇਵਰੇਟ ਇੰਸਟਰੂਮੈਂਟ ਤਬਲਾ ਹੈ। ਵਾਹ ਜੀ ਵਾਹ ਅਮਾਨਤ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹੁਣ ਚੱਲਦੇ ਹਾਂ ਸਾਡੇ ਆਖਰੀ ਕਲਾਕਾਰ ਵੱਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਸ਼ੇਰ ਪ੍ਰਤਾਪ ਸਿੰਘ ਹੈ ਅਤੇ ਮੈਂ 8th ਜਮਾਤ ਦਾ ਵਿਦਿਆਰਥੀ ਹਾਂ। ਮੈਨੂੰ ਵੈਸਟਰਨ ਇੰਸਟਰੂਮੈਂਟਸ ਵਜਾਉਣ ਦਾ ਸ਼ੌਂਕ ਹੈ ਅਤੇ ਗਿਟਾਰ ਮੇਰਾ ਪੈਸ਼ਨ ਹੈ। ਜਾਚਕ ਜਨ ਜਾਛੇ ਪ੍ਰਭਦਾਨ, ਕਰ ਕਿਰਪਾ ਹਰ ਦੇਵ ਹੋਣਾ। ਬਾਣੀ ਦੀ ਇਸੀ ਤੁਕਾ ਨਾਲ ਅਸੀਂ ਸਾਡਾ ਪ੍ਰੋਗਰਾਮ ਸ਼ਬਦ ਗਾਇਨ ਨਾਲ ਸ਼ੁਰੂ ਕਰਾਂਗੇ। ਆਓ ਸਰਵਨ ਕਰਦੇ ਹਾਂ ਇਹ ਸ਼ਬਦ। Yeah.
अगली परफॉर्मेंस शुरू करने तो पहला असी एक सोहनी जी कविता सुनांगे जो लिखी गई है प्रभनीत कौर वल्लों। आओ सुनिए यह कविता। हाँ जी, तो मेरी कविता का नाम है बचपन। ये कविता मैं अपने बचपन नू याद करदिया लिखी है। आशा करदी हाँ थोनू भी बहुत पसंद आएगी। वो भी समा सी जदों कोई फिकर ना सी, पैसे शोहरत नफरत ईरखा का कोई जिक्र ना सी, हसदे उदों चेहरे सी मासूमियत ने दिलां च पाए डेरे सी, अंबां दे दरख्तां ते चढ़दे सी ना डिगन तो असी डरदे सी। ओह बचपन दा जमाना सी जिस खुशियां दा खजाना सी, दिलां च प्यार दी लोर सी, एक दूजे नू बन के रखन वाली डोर सी। ओह बचपन दे खिडौने मैनू हुण भी मोह लैंदे ने, ओह बचपन दे खिडौने मैनू हुण भी मोह लैंदे ने। बेपरवाह जिंदगी किवें जिउणी है मैनू उही तां सिखाउंदे ने, बेपरवाह जिंदगी किवें जिउणी है मैनू उही तां सिखाउंदे ने। धन्नवाद। ना अग बलदी चुल्हे विच ना रिड़के कोई दुध मधाणी, ना अग बलदी चुल्हे विच ना रिड़के कोई दुध मधाणी, भुल गए लोकी बैना पीढ़ी उत्ते, भुल गए चुल्हे मूरे रोटी खाणी। जी हाँ, बिल्कुल सही गल है। इस वक्त बदलन दे नाल नाल साडे सभ्याचार विच भी काफ़ी बदलाव आ गया है, ते इसी बदलाव नू साडे कलाकार थोड़े सामने एक गीत राही पेश करनगे। मैं आशा करदी हाँ थोनू बहुत पसंद आएगा। जी
सलामी तिरंगे नू जिस तो तेरी शान है, दे सलामी तिरंगे नू जिस तो तेरी शान है, सर उदो तक उच्चा करके रखांगे जदों तक तेरे तन विच जान है, जदों तक तेरे तन विच जान है। हाँ जी, इसी जज्बे दे नाल साडे कलाकार एक देशभगती दा गीत थोड़े सामने प्रस्तुत करन जा रहे ने। I'm
ਇਸੇ ਦੇਸ਼ ਭਗਤੀ ਦੇ ਜਜ਼ਬੇ ਨਾਲ ਹੁਣ ਸਾਡੇ ਕਲਾਕਾਰ ਸਾਜ਼ਾਂ ਦੇ ਰਾਹੀਂ ਆਪਣੀ ਦੇਸ਼ ਲਈ ਭਾਵਨਾ ਪ੍ਰਗਟ ਕਰਨਗੇ।